हेलो एवरीवन वेलकम टू वाईफाई एजुकेशन वाईफाई एजुकेशन दिस वीडियो विच आज आपा डिस्कस करंगे पंजाब पब्लिक सर्विस कमीशन दे लिए मॉक टेस्ट नंबर 4 क्योंकि ਤੁਹਾਨੂੰ ਪਤਾ ਹੈ ਆਪਾਂ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਲਈ ਇੱਕ ਸਪੈਸ਼ਲ ਮੌਕ ਟੈਸਟ ਸੀਰੀਜ਼ ਸਟਾਰਟ ਕੀਤੀ ਹੋਈ ਹੈ ਇਸ ਤੋਂ ਪਹਿਲਾਂ ਇਸ ਦੇ 363 ਆ ਚੁੱਕੇ ਹਨ ਇਹ ਸੀਰੀਜ਼ ਦਾ 4th ਲੈਕਚਰ ਰਹੇਗਾ ਜਿਸ ਦੇ ਵਿੱਚ ਆਪਾਂ ਟੋਟਲ 20 ਕੁਐਸਚਨਸ ਜੀਕੇ ਦੇ ਡਿਸਕਸ ਕਰਾਂਗੇ ਇਸ ਦੇ ਨਾਲ ਨਾਲ ਜੋ ਵੀ ਬਰੀਫ ਐਕਸਪਲੇਨੇਸ਼ਨ ਹੋਵੇਗੀ ਉਹ ਵੀ ਆਪਾਂ ਨਾਲ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਮਾਧਿਮ ਨਾਲ ਇਹ ਸੀਰੀਜ਼ ਹੈ ਜਿਹੜੀ ਸਪੈਸ਼ਲੀ ਫਾਰ ਪੀਪੀਐਸਸੀ ਪਲੱਸ ਪੰਜਾਬ ਗਵਰਨਮੈਂਟ ਇਗਜ਼ਾਮ ਦੇ ਲਈ ਤਿਆਰ ਕੀਤੀ ਗਈ ਹੈ ਤੁਸੀਂ ਕਿਸੇ ਵੀ ਪੰਜਾਬ ਦੀ ਪੋਸਟ ਲਈ ਤਿਆਰੀ ਕਰ ਰਹੇ ਹੋ ਜਿਸ ਦੇ ਵਿੱਚ ਵੀ ਜੀਕੇ ਦਾ ਪੋਰਸ਼ਨ ਆਂਦਾ ਹੈ ਉਹਨਾਂ ਸਭ ਦੇ ਲਈ ਇਹ ਸੀਰੀਜ਼ ਹੈ ਜਿਹੜੀ ਕਾਫੀ ਜ਼ਿਆਦਾ ਬੈਨੀਫੀਸ਼ੀਅਲ ਰਹੇਗੀ ਇਸ ਲਈ ਤੁਹਾਨੂੰ ਜਿਆਦਾ ਤੋਂ ਜਿਆਦਾ ਆਪਣੇ ਫਰੈਂਡ ਨਾਲ ਇਸ ਵੀਡੀਓ ਸੀਰੀਜ਼ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਤਾਂ ਕਿ ਜੋ ਵੀ ਸਟੂਡੈਂਟਸ ਪੰਜਾਬ ਦੀ ਕਿਸੇ ਵੀ ਪੋਸਟ ਲਈ ਤਿਆਰੀ ਕਰ ਰਹੇ ਨੇ ਉਹਨਾਂ ਤੱਕ ਇਹ ਵੀਡੀਓ ਸੀਰੀਜ਼ ਪਹੁੰਚ ਸਕੇ ਸੋ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਬਿਨਾ ਕੋਈ ਟਾਈਮ ਵੇਸਟ ਕੀਤੇ ਸਭ ਤੋਂ ਪਹਿਲਾ ਕੁਸ਼ਨ ਹੈ ਆਪਣਾ ਵਿਚ ਆਰਟੀਕਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਡੀਸ ਵਿਦ ਲਾ ਸੂਟੇਬਿਲਟੀ ਆਫ ਦਾ ਸਟੇਟ ਆਫ ਇੰਡੀਆ ਯਾਨੀ ਇੰਡੀਅਨ ਕਨਸਟੀਟਿਊਸ਼ਨ ਦਾ ਆਰਟੀਕਲ ਕਿਹੜਾ ਹੈ ਜਿਹੜਾ ਡੀਲ ਕਰਦਾ ਹੈ ਸੂਟੇਬਿਲਟੀ ਆਫ ਦਾ ਸਟੇਟ ਆਫ ਇੰਡੀਆ ਦੇ ਨਾਲ ਤੁਹਾਡੇ ਆਪਸ਼ਨ ਨੇ ਆਰਟੀਕਲ 100 ਆਰਟੀਕਲ 200 ਆਰਟੀਕਲ 300 ਆਰਟੀਕਲ 330 ਜਾਂ ਫਿਰ ਨਨ ਆਫ ਥੀਸ ਹੈ ਇਹ ਇੰਡੀਅਨ ਕਨਸਟੀਟਿਊਸ਼ਨ ਦਾ ਆਰਟੀਕਲ ਹੈ ਆਰਟੀਕਲ 300 ਇਸ ਲਈ ਆਪਣਾ ਜਰੋਟਨਸ ਕੁਸ਼ਨ ਦਾ ਉਹ ਹੈ ਸੀ ਆਪਸ਼ਨ ਆਰਟੀਕਲ 30A ਇਹ ਡੀਲ ਕਰਦਾ ਹੈ ਵਿਦ ਦਾ ਸੂਟੇਬਿਲਟੀ ਆਫ ਦਾ ਸਟੇਟ ਆਫ ਇੰਡੀਆ ਦੇ ਨਾਲ ਇਸ ਲਈ ਆਪਣਾ ਜੋ ਆਇਟਨਸੈਸ ਕੁਸ਼ਨ ਆ ਉਹ ਹੈ ਸੀ ਆਪਸ਼ਨ ਆਰਟੀਕਲ 300 ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਜਿਹੜਾ ਆਰਟੀਕਲ 300A ਹੈ ਇਹ ਕਾਫੀ ਪੁੱਛਿਆ ਜਾਂਦਾ ਹੈ ਐਗਜ਼ਾਮ ਦੇ ਵਿੱਚ ਇਹ ਕਿਸ ਨਾਲ ਡੀਲ ਕਰਦਾ ਹੈ ਇਹ ਡੀਲ ਕਰਦਾ ਹੈ ਰਾਈਟ ਟੂ ਪ੍ਰੋਪਰਟੀ ਦੇ ਨਾਲ ਰਾਈਟ ਟੂ ਪ੍ਰੋਪਰਟੀ ਦੇ ਨਾਲ ਡੀਲ ਕਰਦਾ ਹੈ ਆਰਟੀਕਲ 300A ਇਹ ਵੀ ਯਾਦ ਰੱਖਣਾ ਹੈ ਤੁਹਾਨੂੰ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਉਹ ਜਿਹੜਾ ਇਹ ਰਾਈਟ ਟੂ ਪ੍ਰੋਪਰਟੀ ਹੈ ਇਹ ਇੱਕ ਲੀਗਲ ਰਾਈਟ ਹੈ ਪਹਿਲਾਂ ਇੱਕ ਇਹ ਫੰਡਾਮੈਂਟਲ ਰਾਈਟ ਸੀ ਬਾਅਦ ਦੇ ਵਿੱਚ ਇਸ ਨੂੰ ਇੱਕ ਲੀਗਲ ਰਾਈਟ ਦਾ ਦਰਜਾ ਦਿੱਤਾ ਗਿਆ ਸੀ ਜਿਹੜਾ ਜਦੋਂ ਇਹ ਫੰਡਾਮੈਂਟਲ ਰਾਈਟ ਸੀ ਉਸ ਟਾਈਮ ਇਸ ਦਾ ਜਿਹੜਾ ਆਰਟੀਕਲ ਸੀ ਉਸ ਟਾਈਮ ਆਰਟੀਕਲ ਸੀ ਦਾ ਆਰਟੀਕਲ 31 ਇਸ ਤੋਂ ਬਾਅਦ ਇੱਕ ਐਮੈਂਡਮੈਂਟ ਹੋਈ ਸੀ 44th ਐਮੈਂਡਮੈਂਟ ਹੋਈ ਸੀ 1977 ਦੇ ਵਿੱਚ ਇਸ ਦੇ ਵਿੱਚ ਜਿਹੜਾ ਇਹ ਫੰਡਾਮੈਂਟਲ ਰਾਈਟ ਸੀ ਇਸ ਨੂੰ ਫੰਡਾਮੈਂਟਲ ਰਾਈਟ ਦੀ ਰਿਸ਼ਤ ਤੋਂ ਬਾਹਰ ਕੱਢ ਕੇ ਇਸ ਨੂੰ ਬਣਾ ਦਿੱਤਾ ਗਿਆ ਲੀਗਲ ਰਾਈਟ ਅੰਡਰ ਆਰਟੀਕਲ 300A ਇਹ ਸਾਰੇ ਫੈਕਟਸ ਨੇੜੇ ਕਾਫੀ ਜ਼ਿਆਦਾ ਇੰਪੋਰਟੈਂਟ ਨੇ ਯਾਦ ਰੱਖਣੇ ਨੈਕਸਟ ਕੁਐਸਚਨ ਹੈ ਆਪਣਾ ਸੈਕੰਡ ਨੰਬਰ ਕੁਸ਼ਨ ਦਾ ਚੇਅਰਮੈਨ ਆਫ ਵਿਚ ਆਫ ਦਾ ਫੋਲੋਇੰਗ ਪਾਰਲੀਮੈਂਟਰੀ ਕਮੇਟੀਆਂ ਇਜ਼ ਇਨਵੇਰੀਏਬਲੀ ਫਰੋਮ ਦਾ ਮੈਂਬਰਸ ਆਫ ਅ ਰੂਲਿੰਗ ਪਾਰਟੀ ਯਾਨੀ ਕਿਸ ਕਮੇਟੀ ਦੇ ਚੇਅਰਮੈਨ ਹੁੰਦੇ ਨੇ ਪਾਰਲੀਮੈਂਟਰੀ ਕਮੇਟੀ ਤੇ ਇਹ ਇਨਵੇਰੀ ਕਰਦੇ ਨੇ ਯਾਨੀ ਇਨਵੇਰੀਏਬਲੀ ਹੁੰਦੇ ਨੇ ਇਹ ਕਿਸ ਤੋਂ ਜਿਹੜੀ ਰੂਲਿੰਗ ਪਾਰਟੀ ਦੇ ਮੈਂਬਰਸ ਹੁੰਦੇ ਨੇ ਤੁਹਾਡੇ ਆਪਸ਼ਨ ਇੱਕ ਕਮੇਟੀ ਔਨ ਪਬਲਿਕ ਅੰਡਰਟੇਕਿੰਗਸ ਪਬਲਿਕ ਅਕਾਊਂਟ ਕਮੇਟੀ ਐਸਟੀਮੇਟਸ ਕਮੇਟੀ ਜਾਂ ਫਿਰ ਕਮੇਟੀ ਔਨ ਡੈਲੀਗੇਟਿਡ ਲੈਜਿਸਲੇਸ਼ਨ ਜਾਂ ਫਿਰ ਨਨ ਆਫ ਥੀਸ ਇਸ ਕਮੇਟੀ ਦਾ ਨਾਮ ਇਸ ਲਈ ਆਪਣਾ ਜੋ ਰਾਈਟ ਅਨਸਰ ਇਸ ਕੁਸ਼ਸ਼ਨ ਦਾ ਉਹ ਹੈ ਸੀ ਆਪਸ਼ਨ ਜਿਹੜੀ ਐਸਟੀਮੇਟ ਕਮੇਟੀ ਦੇ ਚੇਅਰਮੈਨ ਹੁੰਦੇ ਨੇ ਇਹ ਇਨਵੇਰੀ ਕਰਦੇ ਨੇ ਜਿਹੜੇ ਮੈਂਬਰਸ ਹੁੰਦੇ ਨੇ ਰੂਲਿੰਗ ਪਾਰਟੀ ਦੇ ਇਸ ਲਈ ਆਪਣਾ ਜੋ ਰਾਈਟ ਅਨਸਰ ਇਸ ਕੁਸ਼ਸ਼ਨ ਦਾ ਉਹ ਹੈ ਸੀ ਆਪਸ਼ਨ ਐਸਟੀਮੇਟ ਕਮੇਟੀ ਇਸ ਤੋਂ ਇਲਾਵਾ ਆਪਾਂ ਪੁੱਛਿਆ ਜਾਂਦਾ ਹੈ ਜਿਹੜੀ ਪਾਵਰਫੁੱਲ ਹੁੰਦੀ ਹੈ ਕਮੇਟੀ ਉਸ ਦਾ ਨਾਮ ਕੀ ਹੈ ਉਸ ਦਾ ਨਾਮ ਹੈ ਪੀਏਸੀ ਯਾਨੀ ਪਬਲਿਕ ਅਕਾਊਂਟ ਕਮੇਟੀ ਇਸ ਦੇ ਚੇਅਰਮੈਨ ਨੇ ਰੀਸੈਂਟਲੀ ਅਪਾਇੰਟ ਹੋਏ ਨੇ ਇਹ ਨੇ ਆਦੀਰ ਰੰਜਨ ਚੌਧਰੀ ਆਦੀਰੰਜਨ ਚੌਧਰੀ ਨੇ ਇਹ ਇਹਨਾਂ ਨੂੰ ਰੀ ਅਪਾਇੰਟ ਕੀਤਾ ਗਿਆ ਰੀਸੈਂਟਲੀ ਇਹ ਨੇ ਚੇਅਰਮੈਨ ਆਫ ਪਬ ਨੈਕਸਟ ਕੁਐਸਚਨ ਹੈ ਆਪਣਾ 3 ਨੰਬਰ ਕੁਐਸਚਨ ਸੈਂਟਰਲ ਵਿਜੀਲੈਂਸ ਕਮਿਸ਼ਨ ਹੈ ਇਹ ਸੈਟ ਅਪ ਕੀਤਾ ਗਿਆ ਸੀ ਕਿਸ ਦੇ ਦੁਆਰਾ ਰეკਮੈਂਡ ਕੀਤਾ ਗਿਆ ਸੀ ਯਾਨੀ ਕਿਸ ਕਮੇਟੀ ਦੇ ਦੁਆਰਾ ਇਹ ਰეკਮੈਂਡ ਕੀਤਾ ਗਿਆ ਸੀ ਕਿ ਸੈਂਟਰਲ ਵਿਜੀਲੈਂਸ ਕਮਿਸ਼ਨ ਸੈਟ ਅਪ ਕੀਤਾ ਜਾਣਾ ਚਾਹੀਦਾ ਹੈ ਇੰਡੀਆ ਦੇ ਵਿੱਚ ਤੁਹਾਡੇ ਆਪਸ਼ਨ ਹੈ ਐਡਮਿਨਿਸਟ੍ਰੇਟਿਵ ਰਿਫਾਰਮ ਕਮਿਸ਼ਨ ਆਫ ਇੰਡੀਆ ਗੋਰਵਾਲਾ ਰਿਪੋਰਟਰ ਕ੍ਰਿਪਲਾਨੀ ਕਮੇਟੀ ਸੰਤਨਮ ਕਮੇਟੀ ਜਾਂ ਫਿਰ ਨਨ ਆਫ ਥੀਸ ਇਸ ਕਮੇਟੀ ਦਾ ਨਾਮ ਸੀ ਸੰਤਨਮ ਕਮੇਟੀ ਸੰਥਰਮ ਕਮੇਟੀ ਸੀਡੀ ਇਸ ਦੇ ਦੌਰਾਨ ਰეკਮੈਂਡ ਕੀਤਾ ਗਿਆ ਸੀ ਇੰਡੀਆ ਦੇ ਵਿੱਚ ਕਿ ਸੈਂਟਰਲ ਵਿਜੀਲੈਂਸ ਕਮਿਸ਼ਨ ਜਿਹੜਾ ਹੈ ਇਹ ਸੈਟ ਅਪ ਹੋਣਾ ਚਾਹੀਦਾ ਹੈ ਇਸ ਲਈ ਆਪਣਾ ਜੋ ਰਾਈਟ ਅਨਸਰ ਇਸ ਕੁਸ਼ਨ ਦਾ ਉਹ ਹੈ ਡੀ ਆਪਸ਼ਨ ਸੰਥਰਮ ਕਮੇਟੀ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਜਿਹੜੇ ਸੀਵੀਸੀ ਹੁੰਦੇ ਨੇ ਯਾਨੀ ਸੈਂਟਰਲ ਵਿਜੀਲੈਂਸ ਕਮਿਸ਼ਨਰ ਹੁੰਦੇ ਨੇ ਇਹ ਹੁੰਦੇ ਨੇ ਇੱਕ ਔਰ ਇਹਨਾਂ ਦੇ ਥੱਲੇ ਦੋ ਹੁੰਦੇ ਨੇ ਵੀਸੀ ਯਾਨੀ ਵਿਜੀਲੈਂਸ ਕਮਿਸ਼ਨਰ ਜਿਹੜੇ ਕਰੰਟ ਟਾਈਮ ਤੇ ਸੀਵੀਸੀ ਨੇ ਯਾਨੀ ਸੈਂਟਰਲ ਵਿਜੀਲੈਂਸ ਕਮਿਸ਼ਨਰ ਨੇ ਉਹਨਾਂ ਦਾ ਨਾਮ ਵੀ ਯਾਦ ਰੱਖਣਾ ਹੈ ਸੰਜੇ ਕੋਠਾਰੀ ਸੰਜੇ ਕੋਠੜੀ ਨੇ ਇਹ ਕਰੰਟ ਟਾਈਮ ਦੇ ਸੀਵੀਸੀ ਨੇ ਸੈਂਟਰਲ ਵਿਜੀਲੈਂਸ ਕਮਿਸ਼ਨਰ ਨੇ ਇਸ ਤੋਂ ਇਲਾਵਾ ਜਿਹੜੇ ਦੋ ਵੀਸੀ ਨੇ ਉਹਨਾਂ ਦੇ ਨਾਮ ਵੀ ਯਾਦ ਰੱਖਣੇ ਸ਼ਰਦ ਕੁਮਾਰ ਸ਼ਰਦ ਕੁਮਾਰ ਔਰ ਸੁਰੇਸ਼ ਐਨ ਪਟੇਲ ਸੁਰੇਸ਼ ਐਨ ਪਟੇਲ ਇਹਨਾਂ ਨੂੰ ਰੀਸੈਂਟਲੀ ਅਪਾਇੰਟ ਕੀਤਾ ਗਿਆ ਹੈ ਸੁਰੇਸ਼ ਐਨ ਪਟੇਲ ਨੂੰ ਇਹ ਵੀ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣਾ 4 ਨੰਬਰ ਕੁਐਸਚਨ ਕਿਸ ਸਟੇਟ ਦੇ ਦੁਆਰਾ ਆਪਣਾ ਇਹ ਇੰਸਟੀਟਿਊਸ਼ਨ ਸੀ ਲੋਕਾਇਕਤ ਦਾ ਇਹ ਫਸਟ ਟਾਈਮ ਕ੍ਰੀਏਟ ਕੀਤਾ ਗਿਆ ਸੀ ਕਿਸ ਦੇ ਤੌਰ 'ਤੇ ਕੀਤਾ ਗਿਆ ਸੀ ਤੁਹਾਡੇ ਆਪਸ਼ਨ ਹੈ ਉੜੀਸ਼ਾ बिहार पंजाब महाराष्ट्र या फिर नन ऑफ दीस एहे स्टेट सी महाराष्ट्र रिलेटेड महाराष्ट्र स्टेट सी इसने सब तो पहला लोकायुक्त एक्टेड एहे अडॉप्ट ਕੀਤਾ ਸੀ क्रिएट ਕੀਤਾ ਸੀ ਇਸ ਲਈ ਆਪਣਾ ਜੋ ਰਾਈਟ ਆਨਸਰ ਇਸ ਕੁਸ਼ਨ ਦਾ ਉਹ ਹੈ ਡੀ ਆਪਸ਼ਨ Maharashtra महाराष्ट्र ਨੇ ਕਦੋਂ ਕੀਤਾ ਸੀ ਇਹ ਕੀਤਾ ਸੀ ਇਹਨਾਂ ਨੇ 1971 ਦੇ ਵਿੱਚ 1971 ਦੇ ਵਿੱਚ ਇਹਨਾਂ ਨੇ ਅਡਾਪਟ ਕੀਤਾ ਸੀ क्रिएट ਕੀਤਾ ਸੀ ਇਸ ਇੰਸਟੀਟਿਊਸ਼ਨ ਆਫ ਲੋਕਾਇੁਕਤ ਨੂੰ ਇਸ ਲਈ ਆਪਣਾ ਜੋ ਰਾਈਟ ਆਨਸਰ ਇਸ ਕੁਸ਼ਨ ਦਾ ਉਹ ਹੈ ਡੀ ਆਪਸ਼ਨ Maharashtra ਨੈਕਸਟ ਕੁਐਸਚਨ ਹੈ ਆਪਣਾ 5ਥ ਨੰਬਰ ਕੁਐਸਚਨ ਜਿਹੜਾ ਨੋ ਕੰਫੀਡੈਂਸ ਮੋਸ਼ਨ ਹੁੰਦਾ ਹੈ ਇਸ ਨੂੰ ਐਡਮਿਟ ਕੀਤਾ ਜਾ ਸਕਦਾ ਹੈ ਲੋਕ ਸਭਾ ਦੇ ਵਿੱਚ ਇਸ ਦੇ ਲਈ ਕਿੰਨੇ ਮੈਂਬਰ ਦੀ ਜਿਹੜੀ ਰਿਕੁਆਇਰਮੈਂਟ ਹੈ ਯਾਨੀ ਕਿੰਨੇ ਮੈਂਬਰ ਦੀ ਜਿਹੜੀ ਨੀਡ ਹੈ ਇਸ ਨੂੰ ਅਡਾਪਟ ਕਰਨ ਦੇ ਲਈ ਯਾਨੀ ਐਡਮਿਟ ਕਰਨ ਦੇ ਲਈ ਲੋਕ ਸਭਾ ਦੇ ਵਿੱਚ ਤੁਹਾਡੇ অপਸ਼ਨ ਨੇ 80 ਮੈਂਬਰ 140 ਮੈਂਬਰ 160 ਮੈਂਬਰ 50 ਮੈਂਬਰ ਜਾਂ ਫਿਰ ਨਨ ਆਫ ਦੀਸ ਇਸ ਮੋਸ਼ਨ ਨੂੰ ਪਾਸ ਕਰਨ ਦੇ ਲਈ ਯਾਨੀ ਐਡਮਿਟ ਕਰਨ ਦੇ ਲਈ ਲੋਕ ਸਭਾ ਦੇ ਵਿੱਚ ਟੋਟਲ ਮੈਂਬਰ ਦੀ ਰਿਕੁਆਇਰਮੈਂਟ ਹੈ 50 ਮੈਂਬਰਸ ਦੀ ਇਸ ਲਈ ਆਪਣਾ ਜੁਆਇਟ ਅਨਸਰ ਇਸ ਕੁਸ਼ਨ ਦਾ ਉਹ ਹੈ ਡੀ ਆਪਸ਼ਨ ਜੇਕਰ 50 ਮੈਂਬਰ ਨੇ ਜਿਹੜੇ ਇਹ 40% ਵੋਟ ਕਰਦਨ ਇਸ ਮੋਸ਼ਨ ਨੂੰ ਪਾਸ ਕਰਨ ਦੇ ਲਈ ਐਡਮਿਟ ਕਰਨ ਦੇ ਲਈ ਤਾਂ ਲੋਕ ਸਭਾ ਦੇ ਵਿੱਚ ਇਹ ਮੋਸ਼ਨ ਜਿਹੜਾ ਇਹ ਐਡਮਿਟ ਕੀਤਾ ਜਾ ਸਕਦਾ ਹੈ ਇਸ ਲਈ ਆਪਣਾ ਜੁਆਇਟ ਅਨਸਰ ਇਸ ਕੁਸ਼ਨ ਦਾ ਡੀ ਆਪਸ਼ਨ 50 ਮੈਂਬਰਸ ਨੈਕਸਟ ਕੁਸ਼ਨ ਹੈ 6 ਨੰਬਰ ਕੁਸ਼ਨ ਇੰਡੀਅਨ ਸਾਈਬਰ ਕਰਾਈਮ ਕੋਆਰਡੀਨੇਸ਼ਨ ਹੈ ਜਿਹੜਾ ਇਹ ਕਿਸ ਸਿਟੀ ਦੇ ਵਿੱਚ ਲੋਕੇਟਿਡ ਹੈ ਇੰਡੀਆ ਦੇ ਵਿੱਚ ਯਾਨੀ ਆਈ ਫੋਰਸ ਹੈ ਜਿਹੜਾ ਇਹ ਕਿਸ ਸਿਟੀ ਦੇ ਵਿੱਚ ਲੋਕੇਟਿਡ ਹੈ ਇੰਡੀਆ ਦੇ ਵਿੱਚ ਤੁਹਾਡੇ ਆਪਸ਼ਨ ਹੈ ਬੈਂਗਲੁਰੂ चेन्नई हैदराबाद न्यू दिल्ली या फिर नन ऑफ दीज ਜਿਹੜਾ ਇੰਡੀਅਨ ਸਾਈਬਰ ਕੋਆਰਡੀਨੇਸ਼ਨ ਸੈਂਟਰ ਹੈ ਇਹ ਲੋਕੇਟਡ ਹੈ ਨਿਊ ਦਿੱਲੀ ਦੇ ਵਿੱਚ ਇਸ ਲਈ ਆਪਣਾ ਜੋ ਰਾਈਟ ਆਨਸਰ ਇਸ ਕੁਸ਼ਚਨ ਦਾ ਉਹ ਹੈ ਡੀ ਆਪਸ਼ਨ ਨਿਊ ਦਿੱਲੀ ਦੇ ਵਿੱਚ ਲੋਕੇਟਡ ਹੈ ਆਈ 4 ਸੀ ਯਾਨੀ ਇੰਡੀਅਨ ਸਾਈਬਰ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਇਸ ਲਈ ਆਪਣਾ ਜੋ ਰਾਈਟ ਆਨਸਰ ਇਸ ਕੁਸ਼ਚਨ ਦਾ ਉਹ ਹੈ ਡੀ ਆਪਸ਼ਨ ਨੈਕਸਟ ਕੁਸ਼ਚਨ ਹੈ ਆਪਣਾ 7th ਨੰਬਰ ਕੁਸ਼ਚਨ ਇੱਕ ਚਾਈਨੀਜ਼ ਪੈਡਲ ਫਿਸ਼ ਹੈ ਇਸ ਦੇ ਰਿਲੇਟਡ ਆਪਨੂੰ ਦੋ ਸਟੇਟਮੈਂਟਸ 기ਵਨ ਨੇ ਇਹਨਾਂ ਨੇ ਪੁੱਛਿਆ ਕਿ ਕਿਹੜੀ ਸਹੀ ਹੈ ਕਿਹੜੀ ਗਲਤ ਹੈ ਫਰਸਟ ਸਟੇਟਮੈਂਟ ਹੈ ਆਪਣੀ ਇਟ ਇਜ਼ ਅ ਫਰੈਸ਼ ਵਾਟਰ ਫਿਸ਼ ਹੈਵਿੰਗ ਅਨ ਇਨਸੈਸਟਰਲ ਹੋਮ ਇਨ ਯੰਗਟੇ ਰਿਵਰ ਐਂਡ ਯੈਲੋ ਰਿਵਰ ਬੇਸਿਨ ਇਨ ਚਾਈਨਾ ਯਾਨੀ ਇੱਕ ਫਰੈਸ਼ ਵਾਟਰ ਫਿਸ਼ ਹੈ ਜੋ ਕਿ ਪਾਈ ਜਾਂਦੀ ਹੈ ਯੰਗਟੇ ਰਿਵਰ ਔਰ ਜ਼ੀਰੋ ਯੈਲੋ ਰਿਵਰ ਬੇਸਿਨ ਦੇ ਵਿੱਚ ਚਾਈਨਾ ਦੇ ਵਿੱਚ ਹੈ ਇਹ ਹੈ ਫਰਸਟ ਸਟੇਟਮੈਂਟ ਸੈਕੰਡ ਹੈ ਆਪਣੀ ਇਟ ਇਜ਼ ਅ ਇਨ ਕ੍ਰਿਟੀਕਲੀ ਇਨਡੇਂਜਰਡ ਲਿਸਟ ਆਫ ਦਾ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਨੇਚਰ ਯਾਨੀ ਆਈਯੂਸੀਐਨ ਜਿਹੜਾ ਇਸ ਦੇ ਦੁਆਰਾ ਇਸ ਨੂੰ ਕ੍ਰਿਟੀਕਲੀ ਇੰਡੇਂਜਰਡ ਕਲੇਟ ਕੀ ਡਿਕਲੇਅਰ ਕੀਤਾ ਗਿਆ ਸੀ ਰੀਸੈਂਟਲੀ ਇਹ ਹੈ ਦੋ ਸਟੇਟਮੈਂਟਸ ਇਸ ਜਿਹੜੀ ਪਹਿਲੀ ਸਟੇਟਮੈਂਟ ਸਹੀ ਹੈ ਸੈਕੰਡ ਗਲਤ ਹੈ ਇਸ ਨੂੰ ਕੋਈ ਵੀ ਆਈਯੂਸੀਐਨ ਦੇ ਦੁਆਰਾ ਕ੍ਰਿਟੀਕਲੀ ਇੰਡੇਂਜਰਡ ਕਲੇਟ ਡਿਕਲੇਅਰ ਨਹੀਂ ਕੀਤਾ ਗਿਆ ਹੈ ਇਸ ਲਈ ਜਿਹੜੀ ਫਰਸਟ ਸਟੇਟਮੈਂਟ ਹੈ ਆਪਣੀ ਸਹੀ ਹੈ ਔਰ ਸੈਕੰਡ ਗਲਤ ਹੈ ਇਸ ਲਈ ਆਪਣਾ ਜੋ ਰਾਈਟ ਆਨਸਰ ਕੁਐਸਚਨ ਹੈ ਉਹ ਹੈ ਇਹ ਆਪਸ਼ਨ ਫਰਸਟ ਓਨਲੀ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖੋ ਇੰਡੀਅਨ ਇੰਟਰਨੈਸ਼ਨਲ ਯੂਨੀਅਨ ਫॉर ਕਨ ਸਰਵੇਸ਼ਨ ਨੇਚਰ ਹੈਡਾ ਇਸ ਦਾ ਹੈਡਕ quarters ਕਾਫੀ ਪੁੱਛਦੇ ਨੇ ਇਗਜ਼ਾਮ ਦੇ ਵਿੱਚ ਇਸ ਦਾ ਹੈਡਕ quarters ਹੈ ਗਲੈਂਡ ਸਵਿਟਜ਼ਰਲੈਂਡ ਦੇ ਵਿੱਚ ਗਲੈਂਡ ਸਵਿਟਜ਼ਰਲੈਂਡ ਦੇ ਵਿੱਚ ਲੋਕੇਟਿਡ ਹੈ ਆਈਯੂਸੀਨ ਦਾ ਹੈਡਕ quarters ਇਹ ਵੀ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣਾ 8ਥ ਨੰਬਰ ਕੁਐਸਚਨ ਕੋਰੋਨਾ ਵਾਇਰਸ ਦੇ ਰਿਲੇਟਡ ਆਪਾਂ ਨੂੰ ਦੋ ਸਟੇਟਮੈਂਟਸ ਗਿਵਨ ਨੇ ਇਹਨਾਂ ਨੇ ਪੁੱਛਿਆ ਕਿਹੜੀ ਸਹੀ ਹੈ ਕਿਹੜੀ ਗਲਤ ਹੈ ਸਭ ਤੋਂ ਪਹਿਲੀ ਸਟੇਟਮੈਂਟ ਹੈ ਆਪਣੀ ਥੀਸ ਆਰ ਨਿਊਲੀ ਡਿਸਕਵਰਡ ਸਪੀਸੀਜ਼ ਆਫ ਵਾਇਰਸ which can cause a severe respiratory and intestinal this is ਯਾਨੀ ਇਹ ਡਿਸਕਵਰ ਕੀਤਾ ਗਿਆ ਹੈ ਨਿਊ ਸਪੀਸੀਜ਼ ਆਫ ਵਾਇਰਸ ਇਹ ਕੌਜ਼ ਬੰਦਾ ਹੈ ਰੈਸਪੀਰੇਟਰੀ ਔਰ ਇਨਸੈਂਸਿਟੀ ਡਿਸੀਜ਼ ਯਾਨੀ ਕੁਝ ਪ੍ਰਕਾਰ ਦੀ ਡਿਸੀਜ਼ ਹੁੰਦੇ ਨੇ ਇਹ ਇਹਨਾਂ ਦਾ ਕਾਰਨ ਬੰਦਾ ਹੈ ਇਹ ਕੋਰੋਨਾ ਵਾਇਰਸ ਇਹ ਹੈ ਫਰਸਟ ਸਟੇਟਮੈਂਟ ਸੈਕੰਡ ਹੈ ਦੇ ਆਰ ਨੋਨ ਟੂ ਇਨਫੈਕਟ ਓਨਲੀ ਹਿਊਮਨਸ ਯਾਨੀ ਇਹ ਓਨਲੀ ਅਫੈਕਟ ਕਰਦਾ ਹੈ ਹਿਊਮਨਸ ਨੂੰ ਇਸ ਦੇ ਵਿੱਚ ਜਿਹੜੀ ਪਹਿਲੀ ਸਟੇਟਮੈਂਟ ਹੈ ਬਿਲਕੁਲ ਸਹੀ ਹੈ ਬਟ ਜਿਹੜੀ ਸੈਕੰਡ ਹੈ ਗਲਤ ਹੈ ਇਹ ਜਾਨਵਰਾਂ ਬਰਡਸ ਸਭ ਨੂੰ ਹੋ ਸਕਦਾ ਹੈ ਪੰਛੀਆਂ ਨੂੰ ਸਭ ਨੂੰ ਹੋ ਸਕਦਾ ਹੈ ਇਹ ਇਕੱਲੇ ਹਿਊਮਨਸ ਨੂੰ ਇਫੈਕਟ ਨਹੀਂ ਕਰਦਾ ਰੀਸੈਂਟਲੀ ਤੁਹਾਨੂੰ ਸੁਣਿਆ ਹੋਵੇਗਾ ਇੱਕ ਚਿੱਤੇ ਦੀ ਮੌਤ ਹੋਈ ਸੀ ਇਸ ਦੇ ਕਾਰਨ ਇਸ ਕੋਰੋਨਾ ਵਾਇਰਸ ਦੇ ਕਾਰਨ ਯਾਨੀ ਇਫੈਕਟ ਪਾਇਆ ਗਿਆ ਸੀ ਇਸ ਕੋਰੋਨਾ ਵਾਇਰਸ ਨਾਲ ਇਹ ਚਿਤਾ ਸੀ ਇਹ ਟਾਈਗਰ ਸੀ ਇਹ ਵੀ ਤੁਹਾਨੂੰ ਧਿਆਨ ਰੱਖਣਾ ਹੈ ਦੀ ਸੈਕੰਡ ਸਟੇਟਮੈਂਟ ਹੈ ਉਹ ਗਲਤ ਹੈ ਇਸ ਲਈ ਆਪਣਾ ਜੋ ਰਾਈਟ ਆਨਸਰ ਬਣੂਗਾ ਇਸ ਕੁਸ਼ਨ ਦਾ ਉਹ ਬਣੇਗਾ ਫਸਟ ਯਾਨੀ ਫਸਟ ਓਨਲੀ A ਆਪਸ਼ਨ ਇਸ ਦਾ ਕਰੈਕਟ ਆਨਸਰ ਹੈ आई होप तो यह क्वेश्चन जरा सही अटैम्प्ट होएगा नैक्सट क्वेश्चन है अपना नाइन्थ नंबर क्वेश्चन जरा एक एक्सरसाइज है एक सी गार्डियन ये एक बाइलेट्रल नेवल एक्सरसाइज है दो कंट्रीज़ के थोड़े ऑप्शन इंडिया और जापान इंडिया और जापान इंडिया और श्रीलंका चाइना और पाकिस्तान और पाकिस्तान और रशिया जी सी गार्डियन यायलिट्रल एक नेवल एक्सरसाइज है यह एक होंगी है चाइना और पाकिस्तान ਇਸ ਲਈ ਆਪਣਾ ਜੋ ਰਾਈਟ ਅਨਸਰ ਇਸ ਕੁਸ਼ਚਨ ਦਾ ਉਹ ਹੈ ਸੀ ਆਪਸ਼ਨ ਚਾਈਨਾ ਔਰ ਪਾਕਿਸਤਾਨ ਦੇ ਵਿੱਚ ਇੱਕ ਐਕਸਰਸਾਈਜ਼ ਹੁੰਦੀ ਆ ਬਾਈਲੈਟਰਲ ਨੇਵਲ ਐਕਸਰਸਾਈਜ਼ ਜਿਸ ਦਾ ਨਾਮ ਹੈ ਸੀ ਗਾਰਡੀਅਨ ਇਸ ਲਈ ਆਪਣਾ ਜੋ ਰਾਈਟ ਅਨਸਰ ਇਸ ਕੁਸ਼ਚਨ ਦਾ ਉਹ ਹੈ ਸੀ ਆਪਸ਼ਨ ਚਾਈਨਾ ਐਂਡ ਪਾਕਿਸਤਾਨ ਇਸ ਨੂੰ ਤੁਹਾਨੂੰ ਕਨਫਿਊਜ਼ ਨਹੀਂ ਕਰਨਾ ਹੈ ਇੱਕ ਐਕਸਰਸਾਈਜ਼ ਨਾਲ ਜਿਸ ਦਾ ਨਾਮ ਹੈ ਧਰਮਾ ਗਾਰਡੀਅਨ ਜਿਹੜੀ ਧਰਮਾ ਗਾਰਡੀਅਨ ਐਕਸਰਸਾਈਜ਼ ਹੈ ਇਹ ਹੁੰਦੀ ਹੈ ਇੰਡੀਆ ਔਰ ਜਪਾਨ ਦੇ ਵਿੱਚ ਧਰਮਾ ਗਾਰਡੀਅਨ ਨੂੰ ਕਨਫਿਊਜ਼ ਨਹੀਂ ਕਰਨਾ ਹੈ ਸੀ ਗਾਰਡੀਅਨ ਦੇ ਨਾਲ ਜਿਹੜੀ ਸੀ ਗਾਰਡੀਅਨ ਐਕਸਰਸਾਈਜ਼ ਹੈ ਇਹ ਚਾਈਨਾ ਦੇ ਪਾਕਿਸਤਾਨ ਦੇ ਵਿੱਚ ਹੁੰਦੀ ਹੈ ਜਿਹੜੀ ਧਰਮਾ ਗਾਰਡੀਅਨ ਐਕਸਰਸਾਈਜ਼ ਹੁੰਦੀ ਹੈ ਇਹ ਇੰਡੀਆ ਔਰ ਜਾਪਾਨ ਦੇ ਵਿੱਚ ਹੁੰਦੀ ਹੈ ਦੋਨੋਂ ਯਾਦ ਰੱਖਣੇ ਨੇ ਦੋਨੋਂ ਕੁਸ਼ਣ ਨੇ ਜਿਹੜੇ ਪੀਪੀਐਸਸੀ ਦੇ ਦੁਆਰਾ ਪੁੱਛੇ ਜਾ ਚੁੱਕੇ ਨੇ ਨੈਕਸਟ ਕੁਸ਼ਣ ਹੈ ਆਪਣਾ 10ਵਾਂ ਨੰਬਰ ਕੁਸ਼ਣ ਜਿਹੜਾ ਜੱਲੀ ਕਟੂ ਇੱਕ ਫੈਸਟੀਵਲ ਹੈ ਇਹ న్యూਸ ਦੇ ਵਿੱਚ ਸੀ ਰੀਸੈਂਟਲੀ ਇਹ ਕਿਸ ਸਟੇਟ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ ਆਬਜ਼ਰਵ ਕੀਤਾ ਜਾਂਦਾ ਹੈ ਕਿਸ ਰੀਜ਼ਨ ਦੇ ਵਿੱਚ ਤੁਹਾਡੇ ਆਪਸ਼ਨ ਨੇ ਕਰਨਾਟਕਾ ਤਾਮਿਲਨਾਡੂ ਗ ਏ ਸਟੇਟ ਹੈ ਤਾਮਿਲਨਾਡੂ ਤਾਮਿਲਨਾਡੂ ਦਾ ਇਹ ਫੈਸਟੀਵਲ ਹੈ ਜੱਲੀਕਟੂ ਇਸ ਲਈ ਆਪਣਾ ਜੋ ਆਈਟਮਸ ਹੈ ਇਸ ਕੁਐਸਚਨ ਦਾ ਉਹ ਹੈ ਬੀ ਆਪਸ਼ਨ ਤਾਮਿਲਨਾਡੂ ਨੈਕਸਟ ਕੁਐਸਚਨ ਹੈ ਆਪਣਾ 11 ਨੰਬਰ ਕੁਐਸਚਨ ਆਪਾਂ ਨੂੰ ਦੋ ਸਟੇਟਮੈਂਟਸ ギਵਨ ਹੈ ਅਮ੍ਰਿਤ ਕੌਰ ਦੇ ਨਾਲ ਰਿਲੇਟਡ ਇਹਨਾਂ ਨੇ ਪੁੱਛਿਆ ਕਿਹੜੀ ਸਟੇਟਮੈਂਟ ਸਹੀ ਹੈ ਹੈ ਅਬਾਊਟ ਅਮ੍ਰਿਤ ਕੌਰ ਕਿਹੜੀ ਗਲਤ ਹੈ ਫਰਸਟ ਸਟੇਟਮੈਂਟ ਹੈ ਆਪਣੀ ਅਮ੍ਰਿਤ ਕੌਰ ਦੇ ਰਿਲੇਟਡ ਸ਼ੀ ਕੋ ਫਾਊਂਡਡ ਦਾ 올 ਇੰਡੀਆ ਵੂਮਨਜ਼ ਕਾਨਫਰੰਸ ਇਨ 1972 ਯਾਨੀ ਜਿਹੜੀ ਅਮ੍ਰਿਤ ਕੌਰ ਹੈ ਇਹਨਾਂ ਦੇ ਦੁਆਰਾ ਕੋ ਫਾਊਂਡ ਕੀਤਾ ਗਿਆ ਸੀ 올 ਇੰਡੀਆ ਵੂਮਨਸ ਕਾਨਫਰੰਸ 1927 ਦੇ ਵਿੱਚ ਫਰਸਟ ਸਟੇਟਮੈਂਟ ਹੈ ਆਪਣੀ ਸੈਕਿੰਡ ਹੈ ਸ਼ੀ ਵਾਸ ਇੰਡੀਪੈਂਡੈਂਟ ਇੰਡੀਆਜ਼ ਫਰਸਟ ਹੈਲਥ ਮਿਨਿਸਟਰ ਯਾਨੀ ਇਹ ਹੈ ਇੰਡੀਪੈਂਡੈਂਟ ਇਡੀਆ ਸੁਤੰਤਰ ਭਾਰਤ ਹੈ ਇਹਦੀ ਪਹਿਲੀ ਹੈਲਥ ਮਿਨਿਸਟਰ ਬਣੀ ਸੀ ਰਾਜਕੁਮਾਰੀ ਅਮਰਿਤਕੌਰ ਇਹ ਦੋਨੋਂ ਸਟੇਟਮੈਂਟਸ ਸ਼੍ਰੇਣੀਆ ਬਿਲਕੁਲ ਸਹੀ ਨੇ ਇਹਨਾਂ ਦੇ ਦੁਆਰਾ ਫਾਊਂਡ ਕੀਤੀ ਗਈ ਸੀ ਵੂਮਨਸ ਕਾਨਫਰੰਸ 올 ਇੰਡੀਆ ਵੂਮਨਸ ਕਾਨਫਰੰਸ 1927 ਦੇ ਵਿੱਚ ਇਹ ਬਿਲਕੁਲ ਸਹੀ ਹੈ ਉਸ ਵਾਸ ਸੈਕਿੰਡ ਸਟੇਟਮੈਂਟ ਇਹ ਵੀ ਬਿਲਕੁਲ ਸਹੀ ਹੈ ਇਹਨਾਂ ਦੇ ਦੁਆਰਾ होस्ट किया गया से यानी इन्हों uh, अपॉइंट किया गया कि एज़ द इंडिपेंडेंट हैल्थ मिनिस्टर ऑफ इंडिपेंडेंट इंडिया ये भी स्टेटमेंट भी सही है इसलिए अपना जो आइटर इस क्वेश्चन वो है बोथ वन एंड टू आर करैक्ट नैक्सट क्वेश्चन है अपना बारह नंबर क्वेश्चन विच वन ऑफ द फॉलोइंग मुस्लिम रूलरस वाज हेल्ड एजत गुरु बाय हिज़ मुस्लिम सब्जेक्ट बिकॉज ऑफ हिज बिलीफ इन सैक्यूलिजम यानी ਕਿਸ ਮੁਸਲਿਮ ਰੂਲਰ ਨੂੰ ਕਿਹਾ ਜਾਂਦਾ ਹੈ ਐਸ ਦਾ ਜਗਤਗੁਰੂ ਕਿਉਂਕਿ ਇਹਨਾਂ ਦਾ ਇੱਕ ਇਹਨਾਂ ਦੇ ਦੁਆਰਾ ਬਿਲੀਵ ਕੀਤਾ ਗਿਆ ਸੀ ਵਿਸ਼ਵਾਸ ਕੀਤਾ ਗਿਆ ਸੀ ਸੈਕੂਲਰਿਜ਼ਮ ਦੇ ਵਿੱਚ ਇਸ ਕਾਰਨ ਇਹਨਾਂ ਨੂੰ ਨਾਮ ਦਿੱਤਾ ਜਾਂਦਾ ਇੱਕ ਟਾਈਟਲ ਦਿੱਤਾ ਜਾਂਦਾ ਜਗਤਗੁਰੂ ਦਾ ਇਹ ਕਿਸ ਮੁਸਲਿਮ ਰੂਲਰ ਨੂੰ ਦਿੱਤਾ ਜਾਂਦਾ ਤੁਹਾਡੇ অপਸ਼ਨ ਹੈ ਹੁਸੈਨ ਸ਼ਾ ਜੈਨ ਉਲ அபிਦੀਨ ਇਬਰਾਹਿਮ আদਿਲ ਸ਼ਾ ਜਾਂ ਫਿਰ ਡੀ অপਸ਼ਨ ਮੁਹੰਮਦ ਤੋ ਜਿਹੜੇ ਮੁਸਲਿਮ ਰੂਲਰ ਸੀ ਜਿਨ੍ਹਾਂ ਨੂੰ ਇਹ ਟਾਈਟਲ ਦਿੱਤਾ ਜਾਂਦਾ ਹੈ ਉਹ ਹੈ ਇਬਰਾਹਿਮ আদਿਲ ਸ਼ਾ ਇਸ ਲਈ ਆਪਣਾ ਜੋ ਰਾਈਟ ਅਨਸਰ ਇਸ ਕੁਸ਼ਨ ਦਾ ਉਹ ਹੈ ਸੀ ਆਪਸ਼ਨ ਇਬਰਾਹਿਮ ਆਦਿਲ ਸ਼ਾਹ ਨੇ ਇਹੜੇ ਇਹਨਾਂ ਨੂੰ ਇੱਕ ਟਾਈਟਲ ਦਿੱਤਾ ਜਾਂਦਾ ਜਗਤਗੁਰੂ ਦਾ ਕਿਉਂਕਿ ਇਹਨਾਂ ਦੇ ਦੁਆਰਾ ਵਿਸ਼ਵਾਸ ਕੀਤਾ ਗਿਆ ਸੀ ਸੈਕੂਲਰਿਜ਼ਮ ਦੇ ਵਿੱਚ ਇਸ ਲਈ ਆਪਣਾ ਜੋ ਰਾਈਟ ਅਨਸਰ ਇਸ ਕੁਸ਼ਨ ਦਾ ਉਹ ਹੈ ਸੀ ਆਪਸ਼ਨ ਇਬਰਾਹਿਮ ਆਦਿਲ ਸ਼ਾਹ ਨੈਕਸਟ ਕੁਸ਼ਨ ਹੈ ਆਪਣਾ 13 ਨੰਬਰ ਕੁਸ਼ਨ 38ਵਾਂ ਨੰਬਰ ਕੁਸ਼ਨ ਇਨ ਇੰਡੀਆ ਇਨਫਲੇਸ਼ਨ ਇਜ਼ ਮੈਜ਼ਰਡ ਬਾਏ ਦਾ ਯਾਨੀ ਇੰਡੀਆ ਦੇ ਵਿੱਚ ਜਿਹੜੀ ਮਹਿੰਗਾਈ ਹੈ ਇਹ ਮੈਜ਼ਰ ਕੀਤੀ ਜਾਂਦੀ ਹੈ ਕਿਸ ਇੰਡੈਕਸ ਦੇ ਉੱਪਰ ਯਾਨੀ ਕਿਸ ਇੰਡੈਕਸ ਦੇ ਉੱਪਰ ਜਿਹੜੀ ਇਨਫਲੇਸ਼ਨ ਆ ਉਹ ਮੈਜ਼ਰ ਕੀਤੀ ਜਾ ਸਕਦੀ ਹੈ ਇੰਡੀਆ ਦੇ ਤੁਹਾਡੇ ਆਪਸ਼ਨ ਨੇ WPI ਨੰਬਰ ਯਾਨੀ ਹੋਲਸੇਲ ਪ੍ਰਾਈਸ ਇੰਡੈਕਸ ਨੰਬਰ ਸੈਕਿੰਡ ਹੈ ਆਪਣਾ ਕੰਜ਼ਿਊਮਰਸ ਪ੍ਰਾਈਸ ਇੰਡੈਕਸ ਫਾਰ ਅਰਬਨ ਨਾਨ ਮੈਨੂਅਲ ਵਰਕਰਸ ਥਰਡ ਹੈ ਆਪਣਾ ਆਪਸ਼ਨ ਕੰਜ਼ਿਊਮਰਸ ਪ੍ਰਾਈਸ ਇੰਡੈਕਸ ਫਾਰ ਐਗਰੀਕਲਚਰ ਵਰਕਰਸ ਜਾਂ ਫਿਰ ਡੀ ਆਪਸ਼ਨ ਹੈ ਆਪਣਾ ਨੈਸ਼ਨਲ ਇਨਕਮ ਡਿਫਲੇਸ਼ਨ ਇੰਡੀਆ ਦੇ ਵਿੱਚ ਜਿਹੜੀ ਇਨਫਲੇਸ਼ਨ ਮੈਜ਼ਰ ਕੀਤੀ ਜਾਂਦੀ ਹੈ ਉਹ ਕੀਤੀ ਜਾਂਦੀ ਹੈ ਹੋਲਸੇਲ ਪ੍ਰਾਈਸ ਇੰਡੈਕਸ ਨੰਬਰ ਦੇ ਉੱਪਰ ਇਸ ਲਈ ਆਪਣਾ ਜੋ ਆਟਨਸ ਹੈ ਇਸ ਕੁਐਸਚਨ ਦਾ ਉਹ ਹੈ ਇਹ ਆਪਸ਼ਨ ਹੋਲ سیل ਪ੍ਰਾਈਸ ਇੰਡੈਕਸ ਨੰਬਰ ਦੇ ਉੱਪਰ ਇਨਫਲੇਸ਼ਨ ਆਈ ਇੰਡੀਆ ਦੇ ਵਿੱਚ ਮੈਜ਼ਰ ਕੀਤਾ ਜਾਂਦੇ ਹੈ ਇਸ ਲਈ ਰਾਈਟ ਹੈਂਸ ਆਪਨਾ ਇਸ ਕੁਐਸਚਨ ਦਾ WPI ਨੰਬਰਸ ਨੈਕਸਟ ਕੁਐਸਚਨ ਹੈ ਆਪਣਾ 14th ਨੰਬਰ ਕੁਐਸਚਨ ਦਾ ਪਾਵਰ ਆਫ ਦਾ ਸੁਪਰੀਮ ਕੋਰਟ ਆਫ ਇੰਡੀਆ ਟੂ ਡਿਸਾਈਡ ਡਿਸਪੂਟਸ ਬੀਟਵੀਨ ਦਾ ਸੈਂਟਰ ਐਂਡ ਦਾ ਸਟੇਟ ਆਫ ਵਾਸ ਅੰਡਰ ਇਟਸ ਯਾਨੀ ਸੁਪਰੀਮ ਕੋਰਟ ਦੇ ਕੋਲ ਪਾਵਰ ਹੁੰਦੀ ਹੈ ਕਿ ਡਿਸਾਈਡ ਕਰੇ ਡਿਸਪੂਟ ਬੀਟਵੀਨ ਦਾ ਸੈਂਟਰ ਐਂਡ ਦਾ ਸਟੇਟਸ ਕਿਹੜੀ ਜੂਰੀਸਡਿਕਸ਼ਨ ਦੇ ਤਹਿਤ ਇਹ ਜਿਹੜਾ ਪਾਵਰ ਹੁੰਦੀ ਹੈ ਨਾਲ ਕੋਲ ਕਿ ਸੁਪਰੀਮ ਕੋਰਟ ਹੈ ਜਿਹੜਾ ਇਹਨਾਂ ਦਾ ਜਿਹੜਾ ਮਸਲਾ ਹੈ ਤੁਹਾਡੇ অপਸ਼ਨ ਹੈ ਐਡਵਾਈਜ਼ਰੀ ਜੂਰਿਸਡਿਕਸ਼ਨ, ਅਪੀਲੇਟ ਜੂਰਿਸਡਿਕਸ਼ਨ, ओरिजिनल ਜੂਰਿਸਡਿਕਸ਼ਨ ਜਾਂ ਫਿਰ ਕਨਸਟੀਟਿਊਸ਼ਨਲ ਜੂਰਿਸਡਿਕਸ਼ਨ। ਇਹ ਹੈ ओरिजिनल ਜੂਰਿਸਡਿਕਸ਼ਨ। ਇਸ ਲਈ ਆਪਣਾ ਜੋ ਆਈਟਮਸ ਹੈਸ ਕੁਸ਼ਨ ਹੈ ਉਹ ਹੈ ਸੀ অপਸ਼ਨ ओरिजिनल ਜੂਰਿਸਡਿਕਸ਼ਨ ਦੀ ਪਾਵਰ ਹੈ ਸੁਪਰੀਮ ਕੋਰਟ ਆਫ ਇੰਡੀਆ ਦੇ ਕੋਲ ਜਿਸ ਦੇ ਵਿੱਚ ਇਹ ਸੈਂਟਰ ਔਰ ਸਟੇਟ ਦੇ ਵਿੱਚ ਜਿਹੜਾ ਮਸਲਾ ਉਹ ਸੁਲਝ ਜਾ ਸਕਦੇ ਨੇ ਡਿਸਪਿਊਟ ਹੈ ਜਿਹੜਾ ਇਸ ਨੂੰ ਡਿਸਾਈਡ ਕਰ ਸਕਦੇ ਨੇ। ਇਸ ਲਈ ਆਪਣਾ ਜੋ ਆਈਟਮਸ ਹੈਸ ਕੁਸ਼ਨ ਨਾ ਉਹ ਹੈ ਸੀ অপਸ਼ਨ ओरिजिनल ਜੂਰਿਸਡਿਕਸ਼ਨ। ਨੈਕਸਟ ਕੁਐਸਚਨ ਹੈ ਆਪਣਾ 15 ਨੰਬਰ ਕੁਐਸਚਨ ਵਿਚ ਆਫ ਦਾ ਫੋਲੋਇੰਗ ਕੰਟਰੀ ਵਾਸ ਨੋਟ ਦਾ ਫਾਊਂਡਿੰਗ ਮੈਂਬਰ ਆਫ এসਓ ਯਾਨੀ ਕਿਹੜਾ ਦੇਸ਼ ਹੈ ਜਿਹੜਾ এসਓ ਸ਼ੰਗਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦਾ ਜਿਹੜਾ ਫਾਊਂਡਿੰਗ ਮੈਂਬਰ ਨਹੀਂ ਹੈ ਇਸ ਦਾ ਜਿਹੜਾ ਚਾਰ ਆਪਸ਼ਨ ਨੇ ਆਪਾਂ ਨੂੰ ਚਾਈਨਾ ਕਜ਼ਾਕਿਸਤਾਨ ਉਜ਼ਬੇਕਿਸਤਾਨ ਔਰ ਰਸ਼ੀਆ ਇਸ ਦੇ ਵਿੱਚ ਜਿਹੜਾ ਫਾਊਂਡਿੰਗ ਮੈਂਬਰ ਨਹੀਂ ਹੈ ਉਹ ਹੈ ਉਜ਼ਬੇਕਿਸਤਾਨ ਬਾਕੀ ਜਿਹੜੇ ਇਹ ਤਿੰਨੋਂ ਨੇ ਇਹ ਫਾਊਂਡਿੰਗ ਮੈਂਬਰ ਨੇ ਐਸਓ ਦੇ ਯਾਨੀ ਸ਼ੰਗਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਤਿੰਨ ਮੈਂਬਰ ਨੇ ਜਿਹੜੇ ਫਾਊਂਡਿੰਗ ਮੈਂਬਰ ਨੇ ਚਾਈਨਾ ਕਜ਼ਾਕ ਇਸ ਲਈ ਆਈਟਮਸ ਆਪਾਂ ਇਸ ਕੁਸ਼ਨ ਦਾ ਸੀ ਆਪਸ਼ਨ ਉਜ਼ਬੇਕਿਸਤਾਨ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦਾ ਇਸ ਦਾ ਹੈਡਕ quartਰ ਹੈ ਉਹ ਹੈ ਬੀਜਿੰਗ ਦੇ ਵਿੱਚ ਬੀਜਿੰਗ ਹੈ ਚਾਈਨਾ ਦੀ ਕੈਪੀਟਲ ਦੇ ਵਿੱਚ ਯਾਨੀ ਚਾਈਨਾ ਦੀ ਜਿਹੜੀ ਕੈਪੀਟਲ ਹੈ ਉਹ ਹੈ ਬੀਜਿੰਗ ਇੱਥੇ ਹੈਡਕ quartr ਹੈ ਐਸ ਸੀਓ ਦਾ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦਾ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਇਸ ਦੇ ਜਿਹੜੇ ਸਕੱਤਰ ਜਨਰਲ ਨੇ ਉਹਨਾਂ ਦਾ ਨਾਮ ਵੀ ਯਾਦ ਰੱਖਣਾ ਹੈ ਰਸ਼ੀਦ ਅਲੀਮੋਵ ਰਸ਼ੀਦ ਅਲੀਮੋਵ ਇਹ ਹੈ ਕਰੰਟ ਟਾਈਮ ਤੇ ਜਿਹੜੇ ਦੇ ਸੈਕਟਰੀ ਜਨਰਲ ਨੇ एससीओ ਦੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਇਸ ਆਰਗੇਨਾਈਜੇਸ਼ਨ ਦੇ ਟੋਟਲ ਮੈਂਬਰਸ ਨੇ 8 8 ਕਿਹੜੇ-ਕਿਹੜੇ ਨੇ ਚਾਈਨਾ ਇੰਡੀਆ ਕਜ਼ਾਕਿਸਤਾਨ ਕਿਰਗਿਸਤਾਨ ਰਸ਼ੀਆ ਤਾਜਿਕਿਸਤਾਨ ਉਜ਼ਬੇਕਿਸਤਾਨ ਔਰ ਪਾਕਿਸਤਾਨ ਇਹ 8 ਮੈਂਬਰ ਨੇ ਇਸ ਆਰਗੇਨਾਈਜੇਸ਼ਨ ਦੇ ਜਿਸ ਨੂੰ ਬੋਲਦੇ ਨੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਇਹ ਵੀ ਆਦਿਕਨ ਨੇ ਨੈਕਸਟ ਕੁਐਸਚਨ ਹੈ ਆਪਣਾ 16 ਨੰਬਰ ਕੁਐਸਚਨ the dinesh goswami committee was concerned with the, yani dinesh goswami committee edi eh kis naal related hai kis naal concerned hai tode option hai a option d nationalization of banks yani nationalize karna banks nu d nationalization of banks second hai apna electoral reforms third hai steps to put down in insurgency in the northeast fourth hai apna the problem of chakmaas jeda dinesh goswami committee hai eh related hai electoral reforms de naal इसलिए अपना जो राइट आंसर इस क्वेश्चन वो है बी ऑप्शन इलैक्टोरल रिफॉर्म्स एसोसीिएट है एक कमेटी जिसका नाम है दिनेश गोस्वामी कमेटी इसलिए अपना जो राइट आंसर इस क्वेश्चन का वो है बी ऑप्शन नैक्सट क्वेश्चन है अपना सत्रह नंबर क्वेश्चन विच वन ऑफ द फॉलोइंग शड्यूल ऑफ द कॉन्सटीट्यूशन ऑफ इंडिया कॉन्टेंस प्रोविजन रिगार्डिंग एंटी डिफैक्शन एक्ट यानी इंडियन कॉन्स्टिटीट्यूशन का किड्यूल है जिस दसिया गया है कॉन्सटीट्यूशन ऑफ इंडिया कॉन्टें जिस इनक्लूड है प्रोविजन रिगार्डिंग एंटी डिफैक्शन एक्ट एंटी डिफैक्शन एक्ट जो किस शड्यूल लिखा गया है लोकेटड है तो ऑप्शन सैकेंड फिफ्थ एटथ और टैंथ जोड़ा ये शड्यूल है ये है टैथ शड्यूल इसलिए अपना जो राइट आंसर इस क्वेश्चन का वो है डी ऑप्शन जो टैथ शड्यूल है इस इस्टेन ने एंटी डिफेक्शन एक्ट इसलिए अपना जो राइट आंसर इस क्वेश्चन का वो है टैंथ शड्यूल दसवें शड्यूल नैक्सट क्वेश्चन है अपना अठारह नंबर क्वेश्चन ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਆਪਾਂ ਨੂੰ ਦੋ ਸਟੇਟਮੈਂਟਸ ਗਿਵਨ ਨੇ ਇਹਨਾਂ ਨੇ ਪੁੱਛਿਆ ਕਿਹੜੀ ਸਹੀ ਹੈ ਕਿਹੜੀ ਗਲਤ ਹੈ ਫਰਸਟ ਸਟੇਟਮੈਂਟ ਹੈ ਆਪਣੀ ਦ ਸਪੀਕਰ ਆਫ ਦਾ ਲੈਜਿਸਲੇਟਿਵ ਅਸੈਂਬਲੀ ਸ਼ੈਲ ਵੈਕੇਟ ਹਿਸ ਹਰ ਆਫਿਸ ਇਫ ਹੀ ਸ਼ੀ ਸੀਜ਼ਸ ਟੂ ਬੀ ਆ ਮੈਂਬਰ ਆਫ ਦਾ ਅਸੈਂਬਲੀ ਯਾਨੀ ਜਿਹੜੇ ਸਪੀਕਰ ਹੁੰਦੇ ਨੇ ਲੈਜਿਸਲੇਟਿਵ ਅਸੈਂਬਲੀ ਦੇ ਇਹ ਆਫਿਸ ਜਿਹੜਾ ਖਾਲੀ ਮੰਨਿਆ ਜਾਏਗਾ ਜੇਕਰ ਇਹ ਸੀਜ਼ ਕਰ ਦਨ ਟੂ ਬੀ ਆ ਮੈਂਬਰ ਆਫ ਦਾ ਅਸੈਂਬਲੀ ਯਾਨੀ ਜਿਹੜੇ ਮੈਂਬਰ ਹੁੰਦੇ ਨੇ ਲੈਜਿਸਲੇਟਿਵ ਅਸੈਂਬਲੀ ਦੇ ਇਹ ਇਹਨਾਂ ਦਾ ਆਫਿਸ ਜਿਹੜਾ ਸੀਜ਼ ਕਰ ਦਨ ਤਾਂ ਇਹ ਇਹਨਾਂ ਨੂੰ ਰਿਜ਼ਾਈਨ ਕਰਨਾ ਪਵੇਗਾ ਔਰ ਇਹ ਇਹਨਾਂ ਦੀ ਜਿਹੜੀ ਪੋਜੀਸ਼ਨ ਹੈ ਇਹ ਖਾਲੀ ਮੰਨੀ ਜਾਏਗੀ ਇਹ ਆ ਫਰਸਟ ਸਟੇਟਮੈਂਟ ਸੈਕੰਡ ਹੈ ਆਪਣੀ ਵੈਨੈਵਰ ਦਾ ਲੈਜਿਸਲੇਟਿਵ ਅਸੈਂਬਲੀ ਇਜ਼ ਡਿਸਾਲਵਡ ਦਾ ਸਪੀਕਰ ਸ਼ੈਲ ਵੈਕੇਟ ਹਿਸ ਹਰ ਇਮੀਡੀਟਲੀ ਯਾਨੀ ਜੇ ਲੈਜਿਸਲੇਟਿਵ ਅਸੈਂਬਲੀ ਇਹ ਡਿਸਾਲਵ ਹੋ ਜਾਈ ਤਾਂ ਸਪੀਕਰ ਨੇੜੇ ਇਹ ਵੈਕੇਟ ਮੰਨੇ ਜਾਣਗੇ ਇਮੀਡੀਟਲੀ ਉਸੇ ਟਾਈਮ ਇਹਨੇ ਆਪਣੀਆਂ ਦੋ ਸਟੇਟਮੈਂਟਸ ਇਜ਼ दैट ਆ ਰਾਈਟ ਆਨਸਰ ਹੈ ਉਹ ਹੈ ਫਰਸਟ ਆਪਸ਼ਨ 1 ਓਨਲੀ ਯਾਨੀ ਇਸ ਕੁਸ਼ਨ ਦਾ ਰਾਈਟ ਆਨਸਰ ਹੈ ਆਪਣਾ ਫਰਸਟ ਓਨਲੀ ਜਿਹੜੇ ਸਪੀਕਰ ਹੁੰਦੇ ਨੇ ਲੋਕ ਸਭਾ ਦੇ ਇਹ ਵੈਕਟ ਮੰਨੇ ਜਾਂਦੇ ਨੇ ਜਦੋਂ ਲੈਜਿਸਲੇਟਿਵ ਅਸੈਂਬਲੀ ਦਾ ਜਿਹੜਾ ਆਫਿਸ ਹੈ ਦਾ ਸੀਜ਼ ਕਰ ਦਿੱਤਾ ਜਾਂਦਾ ਹੈ ਇਸ ਲਈ ਰਾਈਟ ਆਨਸਰ ਹੈ ਆਪਣਾ ਇਸ ਕੁਐਸਚਨ ਦਾ ਏ ਆਪਸ਼ਨ 1 ਓਨਲੀ ਇਸ ਲਈ ਆਪਣਾ ਜੋ ਰਾਈਟ ਆਨਸਰ ਇਸ ਕੁਐਸਚਨ ਦਾ ਉਹ ਹੈ ਫਰਸਟ ਓਨਲੀ ਏ ਆਪਸ਼ਨ ਇਸ ਆ ਕਰੈਕਟ ਆਨਸਰ ਆਈ ਹੋਪ ਤੁਹਾਨੂੰ ਸਭ ਨੇ ਇਹ ਕੁਐਸਚਨ ਜਿਹੜਾ ਸਹੀ ਟੈਂਪਟ ਕੀਤਾ ਹੋਵੇਗਾ ਫਰਸਟ ਓਨਲੀ ਸਟੇਟਮੈਂਟ ਹੈ ਬਿਲਕੁਲ ਰਾਈਟ ਹੈ ਇਸ ਲਈ ਰਾਈਟ ਆਨਸਰ ਹੈ ਆਪਣਾ ਇਸ ਕੁਐਸਚਨ ਦਾ ਫਰਸਟ ਆਪਸ਼ਨ ਏ ਆਪਸ਼ਨ ਕਿਉਂਕਿ ਜਿਹੜਾ ਲੈਜਿਸਲੇਟਿਵ ਅਸੈਂਬਲੀ ਡਿਸਾਲਵ ਹੋ ਰਹੀ ਹੈ ਅਗਰ ਇਹ ਮੰਨਿਆ ਜਾਂਦਾ ਹੈ ਕਿ ਇਹ ਇਮੀਡੀਏਟਲੀ ਜਿਹੜੇ ਰਿਜ਼ਾਈਨ ਨਹੀਂ ਕਰਦੇ ਇਹ ਆਫਿਸ ਹੈਡ ਆ ਐਜ਼ ਆ ਐਜ਼ ਇਟ ਇਜ਼ ਰਹਿਦਾ ਹੈ ਜਦੋਂ ਤੱਕ ਦੁਬਾਰੂ ਇਲੈਕਸ਼ਨ ਹੋ ਕੇ ਦੁਬਾਰੂ ਜਿਹੜੇ ਸਪੀਕਰ ਹੁੰਦੇ ਨੇ ਲੋਕ ਸਭਾ ਦੇ ਉਹ ਇਲੈਕਟ ਨਹੀਂ ਹੁੰਦੇ ਉਸ ਟਾਈਮ ਤੱਕ ਇਹ ਆਫਿਸ ਹੈਡ ਆ ਹੋਲਡ ਕਰਦੇ ਰੱਖਦੇ ਹਨ ਜਿਹੜੇ ਪੁਰਾਣੇ ਜਿਹੜੇ ਸਪੀਕਰ ਹੁੰਦੇ ਨੇ ਇਸ ਲਈ ਆਈਟਮਸ ਆ ਆਪਣਾ ਇਸ ਕੁਸ਼ਚਨ ਦਾ ਇਹ ਫਸਟ ਓਨਲੀ ਨੈਕਸਟ ਕੁਸ਼ਚਨ ਹੈ ਆਪਣਾ 19 ਨੰਬਰ ਕੁਸਚਨ ਅਦਰ than ਇੰਡੀਆ ਐਂਡ ਚਾਈਨਾ ਵਿਚ ਵਨ ਆਫ ਦਾ ਫੋਲੋਇੰਗ ਗਰੂਪਸ ਆਫ ਕੰਟਰੀਜ਼ ਆਫ ਬਾਰਡਰ ਮੈਨੇ ਮਾਰਾ ਯਾਨੀ ਇੰਡੀਆ ਔਰ ਚਾਈਨਾ ਨੂੰ ਛੱਡ ਕੇ ਕਿਹੜੇ ਕੰਟਰੀਜ਼ ਨੇ ਜਿਹੜੇ ਕੀ ਜਿਹੜੇ ਗਰੁੱਪ ਆਫ ਕੰਟਰੀਜ਼ ਨੇ ਜਿਹੜੇ ਬਾਰਡਰ ਸ਼ੇਅਰ ਕਰਦੇ ਨੇ ਮੈਨੇ ਮਾਰ ਦੇ ਨਾਲ ਤੁਹਾਡੇ ਆਪਸ਼ਨ ਨੇ ਬੰਗਲਾਦੇਸ਼ ਥਾਈਲੈਂਡ ਔਰ ਵੀਅਤਨਾਮ A ਆਪਸ਼ਨ ਦੇ ਵਿੱਚ ਸੈਕੰਡ ਦੇ ਵਿੱਚ ਨੇ ਕੰਬੋਡੀਆ ਲਾਓਸ ਔਰ ਮਲੇਸ਼ੀਆ ਥਰਡ ਦੇ ਵਿੱਚ ਨੇ ਥਾਈਲੈਂਡ ਵੀਅਤਨਾਮ ਔਰ ਮਲੇਸ਼ੀਆ ਲਾਸਟ ਆਪਸ਼ਨ ਆਪਸ਼ਨ ਹੈ ਬਣਾ D ਆਪਸ਼ਨ ਥਾਈਲੈਂਡ ਲਾਓਸ ਔਰ ਬੰਗਲਾਦੇਸ਼ ਇਹ ਚਾਰ ਆਪਸ਼ਨ ਇਹ ਜਿਹੜੇ ਸ਼ੇਅਰ ਕਰਦੇ ਨੇ ਕੰਟਰੀਜ਼ ਮਾਇਨਮਾਰ ਦੇ ਨਾਲ ਉਹ ਨੇ థਾਈਲੈਂਡ ਲਾਓਸ ਔਰ ਬੰਗਲਾਦੇਸ਼ ਇਸ ਲਈ ਆਪਣਾ ਜੋ ਰਾਈਟ ਅਨਸਰ ਇਸ ਕੁਸ਼ਨ ਦਾ ਉਹ ਹੈ ਡੀ ਆਪਸ਼ਨ థਾਈਲੈਂਡ ਲਾਓਸ ਔਰ ਬੰਗਲਾਦੇਸ਼ ਨੇੜੇ ਇਹ ਬਾਰਡਰ ਸ਼ੇਅਰ ਕਰਦੇ ਨੇ ਕਿਸ ਦੇ ਨਾਲ ਮਾਇਨਮਾਰ ਦੇ ਨਾਲ ਇੰਡੀਆ ਤੇ ਚਾਈਨਾ ਨੂੰ ਛੱਡ ਕੇ ਇਸ ਲਈ ਰਾਈਟ ਅਨਸਰ ਹੈ ਆਪਣਾ ਇਸ ਕੁਸ਼ਨ ਦਾ ਡੀ ਆਪਸ਼ਨ థਾਈਲੈਂਡ ਲਾਓਸ ਔਰ ਬੰਗਲਾਦੇਸ਼ ਆਈ ਹੋਪ ਤੁਹਾਨੂੰ ਇਹ ਕੁਸ਼ਨ ਵੀੜਾ ਸਹੀ ਅਟੈਂਪਟ ਕੀਤਾ ਹੋਵੇਗਾ ਨੈਕਸਟ ਕੁਸ਼ਨ ਹੈ ਆਪਣਾ 20th ਨੰਬਰ ਕੁਸ਼ਨ ਕੰਸੀਡਰ ਦਾ ਫੋਲੋਇੰਗ ਸਟੇਟਮੈਂਟ ਅਬਾਊਟ ਟੋ ਵੇਓ ਮਿਤਰਾ ਇੱਕ ਵਿਓਮਿਤਰਾ ਰੀਸੈਂਟਲੀ ਲਾਂਚ ਕੀਤਾ ਗਿਆ ਸੀ ਇਸਰੋ ਦੇ ਦੁਆਰਾ ਇਸ ਦੇ ਰਿਲੇਟਡ ਆਪਾਂ ਨੂੰ ਦੋ ਸਟੇਟਮੈਂਟਸ ਗਿਵਨ ਨੇ ਇਹਨਾਂ ਨੇ ਪੁੱਛਿਆ ਕਿਹੜੀ ਸਹੀ ਹੈ ਕਿਹੜੀ ਗਲਤ ਹੈ ਫਰਸਟ ਸਟੇਟਮੈਂਟ ਹੈ ਆਪਣੀ ਇਟ ਇਜ਼ ਅ ਹਾਫ ਹਿਊਮਨੋਇਡ ਡਿਜ਼ਾਈਨਡ ਐਂਡ ਡਿਵੈਲਪਡ ਬਾਈ ਇਸਰੋ ਇਨ ਕੋਲਾਬੋਰੇਸ਼ਨ ਵਿਦ ਨਾਸਾ ਯਾਨੀ ਜਿਹੜੀ ਨਾਸਾ ਹੈ ਇਹ ਸਪੇਸ ਐਂਸੀਆ ਯੂਐਸਏ ਦੀ ਜਿਹੜਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਹੈ ਇਹ ਇਹਨਾਂ ਦੇ ਦੁਆਰਾ ਇਸ ਨੂੰ ਹਾਫ ਹਿਊਮਨੋਇਡ ਰੋਬੋਟ ਹੈਦਾ ਇਸ ਨੂੰ ਡਿਜ਼ਾਈਨ ਕੀਤਾ ਗਿਆ ਹੈ ਇਸਰੋ ਦੇ ਦੁਆਰਾ ਵਿਦ ਕੋਲਾਬੋਰੇਸ਼ਨ ਵਿਦ ਨਾਸਾ ਇਹ ਹੈ ਫਰ it will a simulator the human functions required for the space view for real astronauts take off in india's gaganyan mission jeda gaganyan mission hai da 2022 de vich launch kita jayega is de vich eh kiya gaya hai second de vich ki human nu bhejne ton pe pehla is nu ik bheja jayega jeda half humanoid robot hai da create kita hai is nu pehla bheja pe jayega taaki rial condition hai apan nu pata lag sake taaki apan usde according tal ke usnu ਸੈਕੰਡ ਡਾ ਨੈਕਸਟ ਰੀਅਲ ਐਸਟ੍ਰੋਨੌਟਸ ਨਹੀਂ ਉਹਨਾਂ ਨੂੰ ਸੈਂਡ ਕਰ ਸਕੀਏ ਇਹਦੇ ਇਹਨੇ ਦੋ ਸਟੇਟਮੈਂਟਸ ਇਸ ਕੁਐਸਚਨ ਦਾ ਜੋ ਰਾਈਟ ਆਨਸਰ ਹੈ ਆਪਣਾ ਉਹ ਹੈ ਬੀ ਆਪਸ਼ਨ ਸੈਕੰਡ ਓਨਲੀ ਯਾਨੀ ਜਿਹੜੀ ਸੈਕੰਡ ਸਟੇਟਮੈਂਟ ਹੈ ਬਿਲਕੁਲ ਸਹੀ ਹੈ ਬਟ ਜਿਹੜੀ ਫਰਸਟ ਹੈ ਉਹ ਗਲਤ ਹੈ ਕਿਉਂਕਿ ਜਿਹੜੀ ਹਾਫ ਹਿਊਮਨੋਇਡ ਰੋਬੋਟ ਹੈ ਇਹ ਬਿਲਕੁਲ ਸਹੀ ਹੈ ਬਟ ਇਸ ਨੂੰ ਡਵੈਲਪ ਕੀਤਾ ਗਿਆ ਹੈ ਓਨਲੀ ਇੰਡੀਅਨ ਸਪੇਸਰ ਰਿਸਰਚ ਆਰਗੇਨਾਈਜੇਸ਼ਨ ਨੇ ਇਸ ਦਾ ਕੋਈ ਕੋਲੈਬੋਰੇਸ਼ਨ ਨਹੀਂ ਹੈਗਾ ਨਾਸਾ ਦੇ ਨਾਲ ਇਸ ਲਈ ਆਪਣਾ ਜਿਹੜਾ ਰਾਈਟ ਆਨਸਰ ਬਣੇਗਾ ਇਸ ਕੁਸ਼ਚਨ ਦਾ ਉਹ ਬਣੇਗਾ ਬੀ ਆਪਸ਼ਨ ਸੈਕਿੰਡ ਓਨਲੀ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਇੰਡੀਅਨ ਸਪੇਸਰ ਰਿਸਰਚ ਆਰਗੇਨਾਈਜੇਸ਼ਨ ਦਾ ਜਿਹੜਾ ਹੈਡਕ quarter ਹੈ ਉਹ ਬੈਂਗਲੁਰੂ ਦੇ ਵਿੱਚ ਔਰ ਬੈਂਗਲੁਰੂ ਕਰਨਾਟਕਾ ਦੀ ਕੈਪੀਟਲ ਹੈ ਜਿਹੜਾ ਬੈਂਗਲੁਰੂ ਇਸ ਨੂੰ ਸਾਇੰਸ ਸਿਟੀ ਔਰ ਸਪੇਸ ਸਿਟੀ ਇਹ ਦੋਨਾਂ ਨਾਮ ਨਾਲ ਬੁਲਾਇਆ ਜਾਂਦਾ ਹੈ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਨਾਸਾ ਦੀ ਸਪੇਸੀਐਂਸੀ ਨੂੰ ਬੋਲਦੇ ਨੇ ਨਾਸਾ ਸਪੇਸ ਏਜੰਸੀ ਹੈ ਯੂਐਸਏ ਦੀ ਯੂਐਸਏ ਦੀ ਸਪੇਸ ਏਜੰਸੀ ਦਾ ਨਾਮ ਹੈ ਨਾਸਾ ਔਰ ਇੱਕ ਸਪੇਸ ਏਜੰਸੀ ਹੈ ਜਾਕਸਾ ਜਾਕਸਾ ਦੀ ਸਪੇਸ ਏਜੰਸੀ ਹੈ ਜਾਪਾਨ ਦੀ ਸਪੇਸ ਏਜੰਸੀ ਹੈ ਵੀ ਆ ਰੱਖਣਾ ਹੈ ਚਾਈਨਾ ਦੀ ਸਪੇਸ ਏਜੰਸੀ ਨੂੰ ਬੋਲਦੇ ਨੇ ਸੀਐਨਐਸਏ ਯਾਨੀ ਚਾਈਨੀਜ਼ ਨੈਸ਼ਨਲ ਸਪੇਸ ਏਜੰਸੀ ਇੱਕ ਯੂਰਪ ਦੇ ਲਈ ਸਪੇਸ ਏਜੰਸੀ ਵੀ ਯੂਜ਼ ਹੁੰਦੀ ਹੈ ਯੂਰੋਪੀਅਨ ਸਪੇਸ ਏਜੰਸੀ ਇਹ ਯੂਰਪ ਦੇ ਵਿੱਚ ਯੂਜ਼ ਹੁੰਦੀ ਹੈ ਘੱਟੋ ਘੱਟ ਇਹ ਤੁਹਾਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ ਇਸ ਤੋਂ ਇਲਾਵਾ ਜਿਹੜੇ ਨਾਸਾ ਦੇ ਚੀਫ ਨੇ ਇਹ ਵੀ ਕਾਫੀ ਪੁੱਛੇ ਜਾਂਦੇ ਨੇ ਐਗਜ਼ਾਮ ਦੇ ਵਿੱਚ ਇਹਦੇ ਜਿਹੜੇ ਐਡਮਿਨਿਸਟ੍ਰੇਟਰ ਨੇ ਉਹਨਾਂ ਦਾ ਨਾਮ ਵੀ ਯਾਦ ਰੱਖਣਾ ਹੈ ਜਿਮ ਬ੍ਰਾਈਡਨਸਟਾਈਨ जिम ब्राइडन स्टेन ए इने करंट टाइम पे एज द एडमिनिस्ट्रेटर ऑफ नासा ए भी याद रखना है नेक्स्ट क्वेश्चन है, है तो ਤੁਹਾਡੇ ਸਭ ਦੇ ਲਈ ਜਿਸ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ ਹੈ ਕੁਐਸਚਨ ਹੈ ਕੁਐਸਚਨ ਫॉर ऑल ਆਫ ਯੂ ਵਿਚ ਆਫ द फॉलोइंग ਸਟੇਟਮੈਂਟ ਸਟੇਟਸ ਇੰਜੋਏ ਸਪੈਸ਼ਲ ਪ੍ਰੋਵੀਜ਼ਨ ਅੰਡਰ 6th ਸ਼ੈਡਿਊਲ ਆਫ ਦ ਕਨਸਟੀਟਿਊਸ਼ਨ ਯਾਨੀ ਇੰਡੀਅਨ ਕਨਸਟੀਟਿਊਸ਼ਨ ਹੈ ਇਡਾ 6th ਸ਼ੈਡਿਊਲ ਹੈ ਇਸ ਦੇ ਵਿੱਚ ਕਿਹੜੀਆਂ ਸਟੇਟਸ ਨੇ ਜਿਨ੍ਹਾਂ ਨੂੰ ਸਪੈਸ਼ਲ ਪ੍ਰੋਵੀਜ਼ਨ ਦੇ ਅੰਡਰ ਰੱਖਿਆ ਗਿਆ ਤੁਹਾਡੇ ਆਪਸ਼ਨ ਹੈ ਅਸਾਮ ਅਰੁਣਾਚਲ ਪ੍ਰਦੇਸ਼ ਮੇਘਾਲਿਆ ਤ੍ਰਿਪੁਰਾ ਔਰ ਮਿਜ਼ੋਰਾਮ ਇਸੇ ਵਿੱਚ ਸੈਲੈਕਟ ਕਰਨਾ ਹੈ ਤਾਂ ਉਹ ਕਿਹੜਾ ਆਪਸ਼ਨ ਹੈ ਇਹ ਸਹੀ ਹੋਏਗਾ ਏ ਆਪਸ਼ਨ ਹੈ ਆਪਣਾ 1 ਸੈਕਿੰਡ ਔਰ 3rd only 2nd only 1 3rd 4th ਐਂਡ 5th only ਜਾਂ ਫਿਰ ਆਲ ਆਫ ਥੈਮ ਸਾਰੀ ਦੀ ਸਾਰੀਆਂ ਸਟੇਟਸ ਆ ਇਹਨੇ ਇਹ ਕੁਸ਼ਣ ਹੈ ਤੁਹਾਡੇ ਲਈ ਜਿਸ ਆਨਸਰ ਤੁਹਾਨੂੰ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ ਹੈ ਸੋ ਇਹ ਸੀ ਬੈਸਟ ਐਮਸੀਕਿਊਜ਼ ਕਰਨ ਐਮਸੀਕਿਊਜ਼ ਮੌਕ ਟੈਸਟ ਨੰਬਰ 4th ਦੇ ਜੋ ਆਪਾਂ ਨੇ ਕਾਫੀ ਡਿਟੇਲ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇਕਰ ਤੁਹਾਨੂੰ ਇਹ ਮੌਕ ਟੈਸਟ ਸੀਰੀਜ਼ ਵਧੀਆ ਲੱਗ ਰਹੀ ਹੋ ਤਾਂ ਤੁਸੀਂ ਇਸ ਮੌਕ ਟੈਸਟ ਸੀਰੀਜ਼ ਨੂੰ ਜਿਆਦਾ ਤੋਂ ਜਿਆਦਾ ਆਪਣੇ ਫਰੈਂਡ ਨਾਲ ਸ਼ੇਅਰ ਕਰੋ ਤਾਂ ਕਿ ਜੋ ਵੀ ਸਟੂਡੈਂਟਸ ਪੰਜਾਬ ਦੀ ਕਿਸੇ ਵੀ ਪੋਸਟ ਲਈ ਤਿਆਰੀ ਕਰ ਰਹੇ ਨੇ ਉਹਨਾਂ ਤੱਕ ਇਹ ਵੀਡੀਓ ਸੀਰੀਜ਼ ਪਹੁੰਚ ਸਕੇ ਜੇਕਰ ਤੁਸੀਂ ਇਸ ਵੀਡੀਓ ਸੀਰੀਜ਼ ਦੀ ਪੀਡੀਐਫ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਟੈਲੀਗ੍ਰam ਚੈਨਲ wifi education ਨੂੰ ਜੁਆਇਨ ਕਰ ਸਕਦੇ ਹੋ ਉੱਥੇ ਡੇਲੀ ਟੂ ਡੇਲੀ ਅਪਡੇਟ ਕੀਤੇ ਜਾਂਦੇ ਨੇ ਸਾਰੀਆਂ ਪੀਡੀਐਫਸ ਔਰ ਕਲਾਸਸ ਦੇ ਸ਼ਡਿਊਲ ਇਸ ਲਈ ਤੁਹਾਨੂੰ ਇਹ ਜੁਆਇਨ ਕਰਨਾ ਹੈ ਸੋ ਇਸ ਵੀਡੀਓ ਵਿੱਚ ਬੱਸ ਐਨਾ ਹੀ ਮਿਲਦੇ ਨੇ ਨੈਕਸਟ ਵੀਡੀਓ ਵਿੱਚ ਸੋ ਥੈਂਕਸ ਫॉर ਵਾਚਿੰਗ ਟੇਕ ਕੇਅਰ ਗੁੱਡਬਾਈ ਗੋਡ ਬੈਸ ਯੂ ਆਲ ਕੀਪ سپورਟਿੰਗ ਵਾਈਫਾਈ ਐਜੂਕੇਸ਼ਨ ਇਸ ਤੋਂ ਇਲਾਵਾ ਪੰਜਾਬ ਦੇ ਜਿਹੜੇ ਐਗਜ਼ਾਮ ਹੁੰਦੇ ਨੇ ਉਹਨਾਂ ਦੇ ਲਈ ਆਪਾਂ ਨੇ ਇੱਕ ਸਪੈਸ਼ਲ ਚੈਨਲ ਕ੍ਰੀਏਟ ਕੀਤਾ ਹੈ ਜਿਸ ਦਾ ਨਾਮ ਹੈ ਪੰਜਾਬ IQ ਇਸ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਪੰਜਾਬ IQ ਹੈ ਜਿਹੜਾ ਇਹ ਸਪੈਸ਼ਲੀ ਪੰਜਾਬ ਡੈਡੀਕੇਟਿਡ ਚੈਨਲ ਹੋਏਗਾ ਜਿਸ ਦੇ ਉੱਪਰ ਤੁਹਾਨੂੰ ਸਭ ਤੋਂ ਪਹਿਲਾਂ ਸਾਰੀਆਂ ਨਿਊਜ਼ ਔਰ ਸਾਰੀਆਂ ਕਲਾਸਸ ਅਵੇਲੇਬਲ ਕਰਵਾਈਆਂ ਜਾਣਗੀਆਂ ਯਾਨੀ ਕਿ ਬਿਲਕੁਲ ਫ੍ਰੀ ਆਫ ਕਾਸਟ ਪੰਜਾਬ IQ ਚੈਨਲ ਦੇ ਉੱਪਰ ਇਸ ਨੂੰ ਜਰੂਰ ਸਬਸਕ੍ਰਾਈਬ ਕਰੋ ਔਰ ਪਹਿਲੇ ਆਈਕਨ ਨੂੰ ਵੀ ਜਰੂਰ ਬੈਸਟ ਕਰਕੇ ਰੱਖੋ ਤਾਂ ਕਿ ਜਦੋਂ ਵੀ ਨਿਊ ਕਲਾਸਸ ਅਪਡੇਟ ਹੁੰਦੀਆਂ ਨੇ ਪੰਜਾਬ IQ ਦੇ ਉੱਪਰ ਤੁਹਾਨੂੰ ਫੌਰਨ ਨੋਟੀਫਿਕੇਸ਼ਨ ਆ ਜਾਵੇ ਸੋ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਾ ਹੈ ਨੈਕਸਟ ਵੀਡੀਓ ਵਿੱਚ ਸੋ ਥੈਂਕਸ ਫॉर ਵਾਚਿੰਗ ਟੇਕ ਕੇਅਰ ਗੁੱਡਬਾਈ ਕਾਡ ਬਲੈਸ ਯੂ ਆਲ